ਹਾਲੇ ਇੱਕ ਗੋਲੀ ਚੱਲੀ ਹੈ, ਗੱਲ ਨਾ ਕਰਨ ਤੇ ਚੱਲਣਗੀਆਂ 101 ਗੋਲੀਆਂ। ਤਾਂ ਦੱਸ ਦੇ ਕਿ ਹਸਪਤਾਲ ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦੇ ਵੱਲੋਂ ਇੱਕ ਧਮਕੀ ਭਰਿਆ ਲੈਟਰ ਸੁੱਟਿਆ ਜਾਂਦਾ ਹੈ, ਜਿਸ ਦੇ ਵਿੱਚ ਹਸਪਤਾਲ ਦੇ ਮਾਲਕ ਨੂੰ ਧਮਕੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਇੱਕ ਨੰਬਰ ਤੇ ਗੱਲ ਕਰਨ ਦੀ ਗੱਲ ਆਖੀ ਜਾਂਦੀ ਹੈ ਤੇ ਗੱਲ ਨਾ ਕਰਨ ਤੇ ਕਿਹਾ ਜਾਂਦਾ ਹੈ ਕਿ ਹਾਲੇ ਇੱਕ ਗੋਲੀ ਚੱਲੀ ਹੈ ਤੇ ਗੱਲ ਨਾ ਕਰਨ ਤੇ 101 ਗੋਲੀਆਂ ਚੱਲਣਗੀਆਂ। ਤਾਂ ਦੱਸ ਦੇ ਕਿ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਦਿਨ ਦਿਹਾੜੇ ਇੱਕ ਹਸਪਤਾਲ ਦੇ ਉੱਤੇ ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਾਂਦੇ ਜਾਂਦੇ ਇਹ ਇੱਕ ਧਮਕੀ ਭਰਿਆ ਲੈਟਰ ਸੁੱਟ ਜਾਂਦੇ ਨੇ, ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਕੌਸ਼ਲ ਚੌਧਰੀ ਦੇ ਨਾਮ ਤੋਂ ਹਮਲਾ ਕੀਤਾ ਗਿਆ। ਤਾਂ ਇਸ ਸੰਬੰਧੀ ਡਾਕਟਰ ਨੇ ਦੱਸਿਆ ਕਿ ਉਸਨੂੰ ਫਿਰੌਤੀ ਦੇ ਲਈ ਫੋਨ ਆਇਆ ਸੀ। ਤਾਂ ਧਮਕੀ ਭਰੇ ਲੈਟਰ ਦੇ ਵਿੱਚ ਵੀ ਇੱਕ ਨੰਬਰ ਲਿਖਿਆ ਹੋਇਆ ਸੀ, ਜਿਸ ਦੇ ਉੱਤੇ ਉਹਨਾਂ ਨੂੰ ਗੱਲ ਕਰਨ ਦੀ ਗੱਲ ਆਖੀ ਗਈ ਸੀ ਤੇ ਜੇਕਰ ਗੱਲ ਨਹੀਂ ਕਰਦੇ ਤਾਂ ਫਿਰ ਤੋਂ ਹਮਲੇ ਕਰਨ ਦੀ ਧਮਕੀ ਦਿੱਤੀ ਗਈ ਸੀ। ਤਾਂ ਇਸ ਸੰਬੰਧੀ ਹੁਣ ਇੱਕ ਵੀਡੀਓ ਵੀ ਸਾਹਮਣੇ ਨਿਕਲ ਕੇ ਆਈ ਹੈ, ਜਿਸ ਦੇ ਵਿੱਚ ਇਹ ਹਮਲਾਵਰ ਭੱਜਦੇ ਹੋਏ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਇੱਕ ਗੋਲੀ ਚੱਲੀ ਹੈ, ਗੱਲ ਨਾ ਕਰਨ ਤੇ ਚੱਲਣਗੀਆਂ 101 ਗੋਲੀਆਂ। ਤਾਂ ਦੱਸ ਦੇ ਕਿ ਹਸਪਤਾਲ ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦੇ ਵੱਲੋਂ ਇੱਕ ਧਮਕੀ ਭਰਿਆ ਲੈਟਰ ਸੁੱਟਿਆ ਜਾਂਦਾ ਹੈ, ਜਿਸ ਦੇ ਵਿੱਚ ਹਸਪਤਾਲ ਦੇ ਮਾਲਕ ਨੂੰ ਧਮਕੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਇੱਕ ਨੰਬਰ ਤੇ ਗੱਲ ਕਰਨ ਦੀ ਗੱਲ ਆਖੀ ਜਾਂਦੀ ਹੈ ਤੇ ਗੱਲ ਨਾ ਕਰਨ ਤੇ ਕਿਹਾ ਜਾਂਦਾ ਹੈ ਕਿ ਹਾਲੇ ਇੱਕ ਗੋਲੀ ਚੱਲੀ ਹੈ ਤੇ ਗੱਲ ਨਾ ਕਰਨ ਤੇ 101 ਗੋਲੀਆਂ ਚੱਲਣਗੀਆਂ। ਤਾਂ ਦੱਸ ਦੇ ਕਿ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਦਿਨ ਦਿਹਾੜੇ ਇੱਕ ਹਸਪਤਾਲ ਦੇ ਉੱਤੇ ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਾਂਦੇ ਜਾਂਦੇ ਇਹ ਇੱਕ ਧਮਕੀ ਭਰਿਆ ਲੈਟਰ ਸੁੱਟ ਜਾਂਦੇ ਨੇ, ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਕੌਸ਼ਲ ਚੌਧਰੀ ਦੇ ਨਾਮ ਤੋਂ ਹਮਲਾ ਕੀਤਾ ਗਿਆ। ਤਾਂ ਇਸ ਸੰਬੰਧੀ ਡਾਕਟਰ ਨੇ ਦੱਸਿਆ ਕਿ ਉਸਨੂੰ ਫਿਰੌਤੀ ਦੇ ਲਈ ਫੋਨ ਆਇਆ ਸੀ। ਤਾਂ ਧਮਕੀ ਭਰੇ ਲੈਟਰ ਦੇ ਵਿੱਚ ਵੀ ਇੱਕ ਨੰਬਰ ਲਿਖਿਆ ਹੋਇਆ ਸੀ, ਜਿਸ ਦੇ ਉੱਤੇ ਉਹਨਾਂ ਨੂੰ ਗੱਲ ਕਰਨ ਦੀ ਗੱਲ ਆਖੀ ਗਈ ਸੀ ਤੇ ਜੇਕਰ ਗੱਲ ਨਹੀਂ ਕਰਦੇ ਤਾਂ ਫਿਰ ਤੋਂ ਹਮਲੇ ਕਰਨ ਦੀ ਧਮਕੀ ਦਿੱਤੀ ਗਈ ਸੀ। ਤਾਂ ਇਸ ਸੰਬੰਧੀ ਹੁਣ ਇੱਕ ਵੀਡੀਓ ਵੀ ਸਾਹਮਣੇ ਨਿਕਲ ਕੇ ਆਈ ਹੈ, ਜਿਸ ਦੇ ਵਿੱਚ ਇਹ ਹਮਲਾਵਰ ਭੱਜਦੇ ਹੋਏ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਇੱਕ ਗੋਲੀ ਚੱਲੀ ਹੈ, ਗੱਲ ਨਾ ਕਰਨ ਤੇ ਚੱਲਣਗੀਆਂ 101 ਗੋਲੀਆਂ। ਤਾਂ ਦੱਸ ਦੇ ਕਿ ਹਸਪਤਾਲ ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦੇ ਵੱਲੋਂ ਇੱਕ ਧਮਕੀ ਭਰਿਆ ਲੈਟਰ ਸੁੱਟਿਆ ਜਾਂਦਾ ਹੈ, ਜਿਸ ਦੇ ਵਿੱਚ ਹਸਪਤਾਲ ਦੇ ਮਾਲਕ ਨੂੰ ਧਮਕੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਇੱਕ ਨੰਬਰ ਤੇ ਗੱਲ ਕਰਨ ਦੀ ਗੱਲ ਆਖੀ ਜਾਂਦੀ ਹੈ ਤੇ ਗੱਲ ਨਾ ਕਰਨ ਤੇ ਕਿਹਾ ਜਾਂਦਾ ਹੈ ਕਿ ਹਾਲੇ ਇੱਕ ਗੋਲੀ ਚੱਲੀ ਹੈ ਤੇ ਗੱਲ ਨਾ ਕਰਨ ਤੇ 101 ਗੋਲੀਆਂ ਚੱਲਣਗੀਆਂ। ਤਾਂ ਦੱਸ ਦੇ ਕਿ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ, ਜਿੱਥੇ ਸ਼ਰੇਆਮ ਦਿਨ ਦਿਹਾੜੇ ਇੱਕ ਹਸਪਤਾਲ ਦੇ ਉੱਤੇ ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਜਾਂਦੇ ਜਾਂਦੇ ਇਹ ਇੱਕ ਧਮਕੀ ਭਰਿਆ ਲੈਟਰ ਸੁੱਟ ਜਾਂਦੇ ਨੇ, ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਕੌਸ਼ਲ ਚੌਧਰੀ ਦੇ ਨਾਮ ਤੋਂ ਹਮਲਾ ਕੀਤਾ ਗਿਆ। ਤਾਂ ਇਸ ਸੰਬੰਧੀ ਡਾਕਟਰ ਨੇ ਦੱਸਿਆ ਕਿ ਉਸਨੂੰ ਫਿਰੌਤੀ ਦੇ ਲਈ ਫੋਨ ਆਇਆ ਸੀ। ਤਾਂ ਧਮਕੀ ਭਰੇ ਲੈਟਰ ਦੇ ਵਿੱਚ ਵੀ ਇੱਕ ਨੰਬਰ ਲਿਖਿਆ ਹੋਇਆ ਸੀ, ਜਿਸ ਦੇ ਉੱਤੇ ਉਹਨਾਂ ਨੂੰ ਗੱਲ ਕਰਨ ਦੀ ਗੱਲ ਆਖੀ ਗਈ ਸੀ ਤੇ ਜੇਕਰ ਗੱਲ ਨਹੀਂ ਕਰਦੇ ਤਾਂ ਫਿਰ ਤੋਂ ਹਮਲੇ ਕਰਨ ਦੀ ਧਮਕੀ ਦਿੱਤੀ ਗਈ ਸੀ। ਤਾਂ ਇਸ ਸੰਬੰਧੀ ਹੁਣ ਇੱਕ ਵੀਡੀਓ ਵੀ ਸਾਹਮਣੇ ਨਿਕਲ ਕੇ ਆਈ ਹੈ, ਜਿਸ ਦੇ ਵਿੱਚ ਇਹ ਹਮਲਾਵਰ ਭੱਜਦੇ ਹੋਏ ਨਜ਼ਰ ਆ ਰਹੇ ਨੇ,
ਜਿਸ ਤੋਂ ਬਾਅਦ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਤੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।